ਜੀ ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ। ਅੱਗ ਨੇ ਮਚਾਈ ਤਬਾਹੀ, ਦੋ ਅਲੱਗ ਅਲੱਗ ਪਿੰਡਾਂ ਦੀ ਇੱਕ ਇੱਕ ਏਕੜ ਫਸਲ ਹੋਈ ਤਬਾਹ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ। ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਤਬਾਹੀ ਮਚਾ ਦਿੱਤੀ ਹੈ। ਅੱਗ ਨੇ ਆਪਣਾ ਟਾਂਡਾ ਮਚਾਇਆ ਹੈ ਅਤੇ ਹਰ ਪਾਸੇ ਤੋਂ ਤਬਾਹੀ ਮਚ ਗਈ। ਦੋ ਅਲੱਗ ਅਲੱਗ ਪਿੰਡਾਂ 'ਚ ਇੱਕ ਇੱਕ ਏਕੜ ਫਸਲ ਤਬਾਹ ਹੋ ਗਈ। ਇਸ ਅਗਨੀਕਾਂਡ ਨੂੰ ਦੇਖਦੇ ਹੋਏ ਇੰਨੀ ਤਬਾਹੀ ਮਚਾ ਦਿੱਤੀ ਹੈ ਕਿ ਹਰ ਕੋਈ ਪਰੇਸ਼ਾਨ ਹੋ ਗਿਆ ਹੈ। ਜ਼ਿਕਰ ਹੋ ਗਿਆ ਕਿ ਸਾਰੀ ਘਟਨਾ ਸ਼ੋਰਟ ਸਰਕਟ ਹੋਣ ਦੀ ਵਜ੍ਹਾ ਨਾਲ ਵਾਪਰੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕਿਸਾਨਾਂ ਨੇ ਜੋ ਆਪਣੀ ਧੀਆਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੀ ਉਹ ਤਬਾਹ ਹੋ ਗਈ ਵੇਖੀ। ਦੱਸ ਦਈਏ ਕਿ ਸਾਰਾ ਮਾਮਲਾ ਚਰਖੀ ਦਾਦਰੀ ਤੋਂ ਸਾਹਮਣੇ ਆਇਆ, ਜਿੱਥੇ ਜ਼ਿਲ੍ਹਾ ਦੇ ਵੱਧ ਤੋਂ ਵੱਧ ਪਿੰਡਾਂ ਦੀ ਫਸਲ ਨੂੰ ਅੱਗ ਲੱਗੀ ਅਤੇ ਤਬਾਹੀ ਮੱਚ ਗਈ। ਦੱਸਣਾ ਬਣਦਾ ਇਹ ਘਟਨਾ ਪਿੰਡ ਸਿਸਵਾਲ ਦੀ ਹੈ, ਜਿੱਥੇ ਸ਼ੋਰ ਸਰਕਟ ਹੋਇਆ ਅਤੇ ਦੋ ਏਕੜ ਫਸਲ ਸੜ ਗਈ। ਜਿਨ੍ਹਾਂ ਦੇ ਖੇਤ ਸਨ ਉਹ ਇਸ ਵੇਲੇ ਸਦਮੇ 'ਚ ਹਨ। ਜੇਕਰ ਗੱਲ ਕੀਤੀ ਜਾਵੇ ਦੂਜੀ ਘਟਨਾ ਦੀ ਤਾਂ ਉਹ ਪਿੰਡ ਆਸਵਾਰੀ ਦੀ ਹੈ, ਜਿੱਥੇ ਵੀ ਅਜਿਹੀ ਘਟਨਾ ਵਾਪਰੀ, ਜਿੱਥੇ ਇੱਥੇ ਵੀ ਅੱਗ ਨੇ ਆਪਣਾ ਟਾਂਡਵ ਦਿਖਾਇਆ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਪੀੜਿਤ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ 4 ਏਕੜ ਜ਼ਮੀਨ 20,000 ਰੁਪਏ ਪ੍ਰਤੀ ਏਕੜ ਹਿਸਾਬ ਨਾਲ ਠੇਕੇ ਲਈ ਗਈ ਸੀ, ਪਰ ਹੁਣ ਸ਼ੋਰਟ ਸਰਕਟ ਹੋਣ ਦੀ ਵਜ੍ਹਾ ਨਾਲ ਸਾਰੀ ਫਸਲ ਸੜ ਕੇ ਸੁਆਹ ਹੋ ਗਈ। ਪੀੜਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹਾ ਹੋਣ ਨਾਲ ਉਸਨੂੰ ਕਾਫੀ ਨੁਕਸਾਨ ਹੋਇਆ ਅਤੇ ਸਭ ਕੁਝ ਤਬਾਹ ਹੋ ਗਿਆ। ਫਿਲਹਾਲ ਪੀੜਿਤ ਨੇ ਵੱਲੋਂ ਪ੍ਰਸ਼ਾਸਨ ਦੇ ਕੋਲ ਅਪੀਲ ਕੀਤੀ ਗਈ ਹੈ ਕਿ ਉਸਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ। ਇਸ ਘਟਨਾ ਦੇ ਵਾਪਰਨ ਨਾਲ ਪੀੜਿਤ ਹੁਣ ਦੁੱਖ 'ਚ ਹੋਇਆ ਤਾਂ ਸਰਕਾਰ ਵੱਲੋਂ ਮੰਗ ਕਰ ਰਿਹਾ ਹੈ। ਪੀੜਿਤ ਨੇ ਸਾਰੀ ਫਸਲ ਠੇਕੇ ਉੱਤੇ ਲਾਈ ਸੀ ਪਰ ਉਸਦਾ ਫਸਲ ਖਰਾਬ ਹੋ ਗਈ। ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।